ਇਹ ਜੀ ਅੰਮ੍ਰਿਤਸਰ ਕਮਿਸ਼ਨ ਦੇ ਥਾਣਾ ਸਦਰ ਵਿਖੇ 27/10/2023 ਨੂੰ ਇੱਕ ਸਾਨੂੰ ਸੀਕ੍ਰੇਟ ਇਨਫੋਰਮੇਸ਼ਨ ਰਿਸੀਵ ਹੋਈ ਸੀ ਕਿ ਇੱਕ ਅਣਪਛਾਤਾ ਨੌਜਵਾਨ ਜਿਸਨੇ ਇੱਕ ਕਾਰ ਨੂੰ ਟਾਰਗੇਟ ਕਰਕੇ ਹਵਾ ਵਿੱਚ ਗੋਲੀਆਂ ਚਲਾਈਆਂ ਹਨ। ਇਸ ਤੋਂ ਬਾਅਦ ਸਾਡੇ ਕੋਈ ਮਦਈ ਤਾਂ ਇਸ ਵਾਰਦਾਤ ਦਾ ਕੋਈ ਸਾਹਮਣੇ ਨਹੀਂ ਆਇਆ ਸੀ, ਬਟ ਸਾਡੀ ਪੁਲਿਸ ਵੱਲੋਂ ਇਸੇ ਇਨਫੋਰਮੇਸ਼ਨ 'ਤੇ ਇੱਕ ਮੁਕੱਦਮਾ ਰਜਿਸਟਰ ਕੀਤਾ ਗਿਆ ਸੀ ਅਨਨੋਨ ਦੇ ਖਿਲਾਫ਼। ਇਹ FIR ਨੰਬਰ 308/23 ਅੰਡਰ ਸੈਕਸ਼ਨ 336(25) ਐਕਟ, ਜਿਸ ਤੋਂ ਬਾਅਦ ਅਸੀਂ ਇਹ ਬਿਲਕੁਲ ਬਲਾਇੰਡ ਕੇਸ ਸੀਗਾ ਜੀ। ਸੋ ਉਦੋਂ ਤੱਕ ਸਾਨੂੰ ਕੋਈ ਕਲੀਅਰ ਨਹੀਂ ਸੀ ਕਿ ਇਹਦੇ ਵਿੱਚ ਦੋਸ਼ੀ ਕੌਣ ਹੋ ਸਕਦਾ ਵਾ, ਬਟ ਸਾਡੀ ਪੁਲਿਸ ਸਦਰ ਪੁਲਿਸ ਨੇ ਬੜੀ ਮਿਹਨਤ ਕਰਕੇ ਸਭ ਤੋਂ ਪਹਿਲਾਂ ਇਸ ਮੁਕੱਦਮੇ ਦੇ ਮੇਨ ਦੋਸ਼ੀ ਜਿਸ ਦਾ ਨਾਮ ਰਾਮ ਲਾਲ ਉਰਫ ਰਾਹੁਲ, ਪੁੱਤਰ ਦਰਸ਼ਨ ਲਾਲ, ਰਹਿਣ ਵਾਲਾ ਇੰਦਰਾ ਕਲੋਨੀ ਤਰਨ ਤਾਰਨ ਰੋਡ ਅੰਮ੍ਰਿਤਸਰ, ਇਸ ਦੋਸ਼ੀ ਨੂੰ ਪਹਿਲਾਂ ਤਾਂ ਟਰੇਸ ਕੀਤਾ ਵਾ, ਅਤੇ ਦੂਸਰਾ ਜਦੋਂ ਇਸ ਮੁਕੱਦਮੇ ਵਿੱਚ ਅਰੈਸਟ ਕਰਕੇ ਇਸ ਤੋਂ ਡਿਟੇਲ ਦੇ ਵਿੱਚ ਪੁੱਛਗਿੱਛ ਕੀਤੀ ਤਾਂ ਅਰੈਸਟ ਦੇ ਟਾਈਮ ਇਸ ਕੋਲੋਂ 1 32 ਬੋਰ ਦਾ ਨਜਾਇਜ਼ ਪਿਸਤੌਲ ਅਤੇ 4 ਜਿੰਦਾ ਰੌਂਦ ਇਸ ਕੋਲੋਂ ਬਰਾਮਦ ਹੋਏ ਨੇ। ਇਹ ਜਦੋਂ ਇਹਦੀ ਡਿਟੇਲ ਦੇ ਵਿੱਚ ਪੁੱਛਗਿੱਛ ਕੀਤੀ ਤਾਂ ਇਸਨੇ ਜੋ ਆਪਣਾ ਦੱਸਿਆ ਕਿ ਪੇਸ਼ੇਵਾਰ ਕਾਫੀ ਸਮੇਂ ਤੋਂ ਲੁੱਟਾਂ ਖੋਹਾਂ, ਲੜਾਈ ਝਗੜੇ, ਗੋਲੀਆਂ ਚਲਾਉਣਾ ਦੀ ਵਾਰਦਾਤਾਂ ਕਰ ਚੁੱਕਾ ਵਾ, ਜਿਸ ਵਿੱਚ ਇਸਨੇ ਮੰਨਿਆ ਕਿ ਜੋ ਤੁਹਾਨੂੰ ਪਤਾ ਹੀ ਹੋ ਪਿਛਲੇ ਦਿਨੀ ਕਟੜਾ ਕਰਮ ਸਿੰਘ ਵਿਖੇ ਇੱਕ ਮੈਡੀਕਲ ਦੀ ਦੁਕਾਨ ਲੁੱਟੀ ਸੀ 6 ਜਣੇ ਨੇ, ਜਿਸ ਵਿੱਚ 10 ਲੱਖ ਰੁਪਏ ਦੀ ਇਹਨਾਂ ਨੇ ਖੋਹ ਮਦਈ ਵੱਲੋਂ ਲਿਖਵਾਈ ਗਈ ਸੀ, ਜਿਸ ਵਿੱਚ 3 ਦੋਸ਼ੀ ਅਰੈਸਟ ਹੋ ਚੁੱਕੇ ਸੀ, ਚੌਥਾ ਇਹ ਦੋਸ਼ੀ ਉਸ ਵਾਰਦਾਤ ਵਿੱਚ ਮੌਜੂਦ ਸੀਗਾ। ਇਸ ਤੋਂ ਬਾਅਦ ਇਸਨੇ ਦੱਸਿਆ ਕਿ ਇਸਨੇ ਮਹਿਤਾ ਵਿਖੇ 22 ਲੱਖ ਰੁਪਏ ਦੀ ਇੱਕ ਖੋਹ ਕੀਤੀ ਹੋਈ ਹੈ, ਜਿਸ ਵਿੱਚ ਹਜੇ ਤੱਕ ਇਹ ਦੋਸ਼ੀ ਹਜੇ ਤੱਕ ਅਰੈਸਟ ਨਹੀਂ ਹੋਇਆ ਵਾ। ਤੀਸਰਾ PAP ਚੌਂਕ ਜਲੰਧਰ ਵਿਖੇ ਇਸਨੇ 400 ਗ੍ਰਾਮ ਸੋਨੇ ਦੀ ਖੋਹ ਕੀਤੀ ਹੋਈ ਹੈ, ਜਿਸ ਵਿੱਚ ਹਜੇ ਇਸ ਦੀ ਅਰੈਸਟ ਕਰਨੀ ਹੋ ਸਕਦਾ, ਜੇ ਮੁਕੱਦਮਾ ਉਹ ਟਰੇਸ ਵੀ ਨਾ ਹੋਇਆ ਸਾਡੀ ਪੁਲਿਸ ਜਿਹੜੇ ਸੰਬੰਧਿਤ ਥਾਣੇ ਉਹਨਾਂ ਨਾਲ ਸੰਪਰਕ ਕਰ ਰਹੀ ਆ, ਕਨਫਰਮ ਕਰ ਰਹੇ ਕਿ ਉੱਥੇ ਜੋ ਮੁਕੱਦਮੇ ਰਜਿਸਟਰ ਹੋਏ ਨੇ ਉਸ ਵਿੱਚ ਇਹ ਟਰੇਸ ਹੋਏ ਜਾਂ ਨਹੀਂ ਹੋਏ। ਚੌਥਾ ਮੰਡੀ ਗੋਬਿੰਦਗੜ੍ਹ ਵਿਖੇ ਇਹਨਾਂ ਨੇ 10 ਲੱਖ ਰੁਪਏ ਦੀ ਖੋਹ ਕੀਤੀ ਹੈ। ਪੰਜਵਾਂ ਇਸਨੇ ਕੁਛ ਦਿਨ ਪਹਿਲਾਂ ਰੇਲਵੇ ਸਟੇਸ਼ਨ ਦੇ ਨੇੜੋਂ ਵੀ ਪਰਸ ਅਤੇ ਮੋਬਾਈਲ ਦੀ ਖੋਹ ਕੀਤੀ ਸੀ, ਅਤੇ ਕਾਫੀ ਹੋਰ ਵੀ ਇਹਨਾਂ ਨੇ ਲੜਾਈ ਝਗੜੇ ਦੀਆਂ ਕਿਸੇ ਦੇ ਕਹਿਣ 'ਤੇ ਕਿਸੇ ਗੋਲੀ ਚਲਾ ਕੇ ਆਉਣੀ, ਇਹੋ ਜਿਹੀ ਕਾਫੀ ਵਾਰਦਾਤਾਂ ਵਿੱਚ ਇਹ ਦੋਨੋਂ ਦੂਸਰਾ ਜੋ ਦੋਸ਼ੀ ਉਸਦਾ ਨਾਮ ਹੈ ਬਲਦੇਵ ਸਿੰਘ ਉਰਫ ਗੋਰਾ, ਜੋ ਕਿ ਅਰਜਨ ਦੇਵ ਨਗਰ ਤਰਨ ਤਾਰਨ ਰੋਡ ਦਾ ਰਹਿਣ ਵਾਲਾ ਵਾ। ਸੋ ਇਹਨਾਂ ਦੋਨਾਂ ਦੋਸ਼ੀਆਂ ਦਾ ਜਦੋਂ ਅਸੀਂ ਰਿਕਾਰਡ ਚੈੱਕ ਕੀਤਾ ਤਾਂ ਇਹਨਾਂ ਦੇ ਖਿਲਾਫ਼ ਪਹਿਲਾਂ ਵੀ ਕਈ ਲੁੱਟਾਂ ਖੋਹਾਂ ਦੇ NDPS ਦੇ ਕਰੀਬ 3-3 ਮੁਕੱਦਮੇ ਦਰਜ ਹੈ। ਬਾਕੀ ਅਸੀਂ ਇਹਨਾਂ ਦੇ ਰਿਹਾਇਸ਼ੀ ਥਾਣਿਆਂ ਤੋਂ ਹੋਰ ਵੀ ਡਿਟੇਲ ਦੇ ਵਿੱਚ ਇਹਨਾਂ ਦਾ ਬੈਕਗਰਾਊਂਡ ਚੈੱਕ ਕਰ ਰਹੇ ਹਾਂ, ਹੋਰ ਵੀ ਮੁਕੱਦਮੇ ਦਰਜ ਹੋ ਸਕਦੇ ਨੇ। ਇਸ ਤੋਂ ਪਹਿਲਾਂ ਜਿਹੜਾ ਇਹ ਰਾਮ ਲਾਲ ਉਰਫ ਰਾਹੁਲ ਹੈ, ਇਸ ਤੋਂ ਪਹਿਲਾਂ ਵੀ NDPS ਦੇ ਵਿੱਚ ਇਹਦੀ ਕਨਵਿਕਸ਼ਨ ਹੋਈ ਸੀ ਅਤੇ NDPS ਦੇ ਮੁਕੱਦਮੇ ਵਿੱਚ ਇਹ 10 ਸਾਲ ਸਜ਼ਾ ਕੱਟ ਕੇ ਆਇਆ ਸੀ, ਬਟ ਪਿਛਲੇ ਕੁਛ ਟਾਈਮ ਤੋਂ ਇਹ ਪੁਲਿਸ ਦੀ ਗ੍ਰਿਫਤ ਤੋਂ ਬਾਹਰ ਸੀ, ਇਸਨੇ ਇੰਨੀਆਂ ਵਾਰਦਾਤਾਂ ਨੂੰ ਅੰਜਾਮ ਦਿੱਤਾ, ਅਤੇ ਸਾਡੀ ਸਦਰ ਪੁਲਿਸ ਨੇ ਬੜੀ ਮਿਹਨਤ ਨਾਲ, ਕਿਉਂਕਿ ਇਹੋ ਜਿਹੇ ਜੋ ਪੇਸ਼ੇਵਰ ਮੁਜਰਮ ਹੁੰਦੇ ਨੇ ਉਹ ਪੁਲਿਸ 'ਤੇ ਜਦੋਂ ਫੜਨ ਦੀ ਕੋਸ਼ਿਸ਼ ਕੀਤੀ, ਪੁਲਿਸ 'ਤੇ ਵੀ ਉਸਨੇ ਅਟੈਕ ਕਰਨ ਦੀ ਕੋਸ਼ਿਸ਼ ਕੀਤੀ ਸੀ, ਬਟ ਸਾਡੀ ਪੁਲਿਸ ਨੇ ਬੜੇ ਹੀ ਸੁਚੱਜੇ ਢੰਗ ਨਾਲ ਇਸ ਨੂੰ ਅਰੈਸਟ ਕੀਤਾ ਵਾ, ਅਤੇ ਇਸ ਕੋਲੋਂ 5-6 ਦੇ ਕਰੀਬ ਬਹੁਤ ਵੱਡੀਆਂ ਵੱਡੀਆਂ ਵਾਰਦਾਤਾਂ ਜੋ ਇਸਨੇ ਕਬੂਲ ਕੀਤੀਆਂ ਨੇ। ਬਾਕੀ ਸਾਡੇ ਕੋਲ ਇਸ ਦਾ 3 ਦਿਨ ਦਾ ਰਿਮਾਂਡ ਆ, 3 ਦਿਨ ਦੇ ਰਿਮਾਂਡ ਵਿੱਚ ਹੋਰ ਵੀ ਇਸ ਤੋਂ ਕਾਫੀ ਰਿਕਵਰੀ ਹੋ ਸਕਦੀ ਆ ਅਤੇ ਹੋਰ ਵੀ ਵਾਰਦਾਤਾਂ ਹੋ ਸਕਦੀਆਂ ਇਸਨੇ ਕੀਤੀਆਂ। ਹੁਣ ਤੱਕ ਜੋ ਇਨਵੈਸਟੀਗੇਸ਼ਨ ਦੇ ਵਿੱਚ ਸਾਹਮਣੇ ਆਇਆ ਵਾ ਕਿ ਇਹ ਲੋਕਲੀ ਕਿਸੇ ਨਾਲ ਲੜਾਈ ਝਗੜੀ, ਕਿਸੇ ਦੋਸਤ ਨਾਲ ਚਲੇ ਗਏ, ਜਾਂ ਜਦੋਂ ਪੈਸੇ ਦੀ ਲੋੜ ਆ ਇਹ ਵੱਡੀਆਂ ਜੋ ਖੋਹਾਂ ਨੂੰ ਅੰਜਾਮ ਦਿੰਦਾ ਸੀਗਾ। ਸੋ ਹਜੇ ਤੱਕ ਇਹਦਾ ਕੋਈ ਇਹੋ ਜਿਹੇ ਗੈਂਗ ਨਾਲ ਸੰਬੰਧ ਤਾਂ ਸਾਹਮਣੇ ਨਹੀਂ ਆਇਆ, ਬਾਕੀ ਡਿਊਰਿੰਗ ਰਿਮਾਂਡ ਇਹ ਤੋਂ ਡਿਟੇਲ ਦੇ ਵਿੱਚ ਕੋਸ਼ਿਸ਼ ਕੀਤੀ ਜਾਊਗੀ। ਇਸਨੇ ਇੱਕ ਹੋਰ ਨਾਮ ਦੱਸਿਆ ਲਿਮਕਾ, ਲਿਮਕਾ ਨਾਮ ਦਾ ਜੋ ਦੋਸ਼ੀ ਆ ਹੋ ਸਕਦਾ ਉੱਧਰਲੇ ਕੇਸ ਦੇ ਵਿੱਚ ਹਜੇ ਤੱਕ ਇਹ ਨਾਮਜ਼ਦ ਹੋਇਆ ਜਾਂ ਨਹੀਂ ਹੋਇਆ, ਬਾਕੀ ਹੋਰ ਵੀ ਜਿਹੜੇ ਨਾਲ ਦੋਸ਼ੀ ਸਨ ਉਹਨਾਂ ਬਾਰੇ ਵੀ ਡਿਟੇਲ ਦੇ ਵਿੱਚ ਦੱਸ ਰਿਹਾ। ਸੋ ਅਸੀਂ ਕੋਸ਼ਿਸ਼ ਕਰਾਂਗੇ ਉਹਨਾਂ ਦੋਸ਼ੀਆਂ ਨੂੰ।